ਬਠਿੰਡਾ ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ। ਇਹ ਕਹਿਣਾ ਮਾਲਵਾ ਦੇ ਵਿੱਚ ਬਣੇ ਆਮ ਆਦਮੀ ਪਾਰਟੀ ਦੇ ਨਵੇਂ ਢਾਂਚੇ ਦਾ। ਜਿੱਥੇ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਬਦਲਾਵ ਕੀਤਾ ਜਾ ਰਿਹਾ, ਉੱਥੇ ਪੰਜਾਬ ਦੇ ਮਾਲਵਾ ਇਲਾਕੇ ਦੇ ਵਿੱਚ ਵੀ ਨਵਾਂ ਬਦਲਾਵ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਕਿ ਬੇਸ਼ੱਕ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਪਰ ਇੱਥੇ ਅਜੇ ਵੀ ਅਕਾਲੀ ਦਲ ਪਾਰਟੀ ਦਾ ਰਾਜ ਚੱਲ ਰਿਹਾ। ਇਸ ਮੌਕੇ ਉਨ੍ਹਾਂ ਕੈਪਟਨ ਦੇ ਵੱਲੋਂ ਕੀਤੇ ਕਿਸਾਨਾਂ ਦੇ ਨਾਲ ਕਰਜ਼ਾ ਮਾਫ਼ੀ ਦੇ ਵਾਅਦੇ ਤੇ ਵੀ ਨਿਸ਼ਾਨਾ ਸਾਧਿਆ। ਹਾਂਜੀ, ਪਹਿਲਾਂ ਤਾਂ ਮੈਂ ਸਾਡੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਮੈਨੂੰ ਬਠਿੰਡਾ ਦੀ ਜ਼ਿੰਮੇਵਾਰੀ ਸੌਂਪੀ। ਤਾਂ ਮੈਂ ਬਾਕੀ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਜੋ ਕੇਜਰੀਵਾਲ ਸਾਹਿਬ ਦੀ ਸੋਚ ਹੈ ਉਹਨੂੰ ਬਠਿੰਡਾ ਦੇ ਵਿੱਚ ਕਿ ਪੰਜਾਬ ਦੇ ਵਿੱਚ ਪਹੁੰਚਾਵਾਂਗੇ। ਬਾਕੀ ਜੋ ਬਠਿੰਡਾ ਸ਼ਹਿਰ ਦੀਆਂ ਪ੍ਰੋਬਲਮਸ ਹੈ ਕਿ ਇੱਥੇ ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਿਆ ਜੀ, ਤਾਂ ਉਸ ਨੂੰ ਅਸੀਂ ਉਹਦੇ ਉੱਪਰ ਜਿਹੜਾ ਹੈ ਇੱਕ ਲੜਾਈ ਲੜਾਂਗੇ, ਲੋਕਾਂ ਦੇ ਨਾਲ ਖੜਾਂਗੇ ਤਾਂ ਕਿ ਉਹਨਾਂ ਨੂੰ ਇਨਸਾਫ ਮਿਲ ਸਕੇ। ਦੂਸਰੀ ਗੱਲ, ਅਸੀਂ ਲੋਕਾਂ ਨੂੰ ਦੱਸਾਂਗੇ ਕਿ ਦੋਨੋਂ ਪਾਰਟੀਆਂ ਜੋ ਹੈ ਰਲੀਆਂ ਮਿਲੀਆਂ ਪਾਰਟੀਆਂ, ਉਹ ਇੱਕ ਸਾਬਤੀ ਹੋ ਚੁੱਕਿਆ ਹੈ। ਤਾਂ ਇਹਨਾਂ ਰਲ ਮਿਲ ਕੇ ਜੋ ਪੰਜਾਬ ਦੀ ਲੁੱਟ ਕਸੁੱਟ ਕਰਨ ਲਈ ਇੱਕ ਆਪਸ ਦੇ ਵਿੱਚ ਇੱਕ ਪੋਲਿਸੀ ਤਿਆਰ ਕੀਤੀ ਹੈ, ਅਸੀਂ ਉਹ ਲੋਕਾਂ ਤੱਕ ਲੈ ਕੇ ਜਾਵਾਂਗੇ। ਤਾਂ ਦੱਸਾਂਗੇ ਕਾਂਗਰਸ ਸਰਕਾਰ ਪੰਜਾਬ ਦੇ ਵਿੱਚ ਆਈ ਹੈ 3-4 ਮਹੀਨੇ ਦੀ, ਤਾਂ ਉਸ ਦਾ ਵੀ ਬੁਰਾ ਹਾਲ ਜੋ ਪੰਜਾਬ ਦਾ ਹੋ ਚੁੱਕਿਆ, ਜੋ ਉਹਨਾਂ ਨੇ ਵਾਅਦੇ ਕੀਤੇ ਸੀ ਟੋਟਲੀ ਉਹਨਾਂ ਵਾਅਦਿਆਂ ਤੋਂ ਫੇਲ ਹੋਏ ਹੈ। ਚਾਹੇ ਉਹ ਕਿਸਾਨਾਂ ਦੀ ਹੱਤਿਆ ਦੇ ਸੰਬੰਧ ਵਿੱਚ ਸੀ, ਚਾਹੇ ਉਹ ਨੌਕਰੀ ਦੇਣ ਦੇ ਸੰਬੰਧ ਦੇ ਵਿੱਚ ਸੀ, ਚਾਹੇ ਲੋਕਾਂ ਨਾਲ ਹੋਰ ਬੜੇ ਵੱਡੇ ਵੱਡੇ ਉਹਨਾਂ ਨੇ ਜੁਮਲੇ ਕੀਤੇ, ਵਾਅਦੇ ਕੀਤੇ ਵੀ ਅਸੀਂ ਮੋਬਾਈਲ ਸਮਾਰਟਫੋਨ ਦੇਵਾਂਗੇ, ਆਹ ਕਰਾਂਗੇ। ਪਰ ਮੈਨੂੰ ਜੋ ਲੱਗ ਰਿਹਾ ਹੈ, ਅੱਜ ਜੋ ਕਾਂਗਰਸ ਪਾਰਟੀ ਦਾ ਰਾਜ ਆ ਪੰਜਾਬ ਦੇ ਵਿੱਚ, ਉਹ ਅੱਜ ਵੀ ਅਕਾਲੀ ਦਲ ਦੇ ਸ਼ਹਿਰਾਂ 'ਤੇ ਹੀ ਸਾਰਾ ਕੁਛ ਪੰਜਾਬ ਦੇ ਵਿੱਚ ਹੋ ਰਿਹਾ। ਕਾਂਗਰਸ ਪਾਰਟੀ ਨਾਮ ਦਾ ਰਾਜ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਦਿਖ ਰਿਹਾ, ਕਾਂਗਰਸ ਪਾਰਟੀ ਦੀ ਸੋਚ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਦਿਖ ਰਹੀ। ਬਿਲਕੁਲ ਪ੍ਰੋਟੈਸਟ ਕੀਤਾ ਜਾਊਗਾ ਜੀ, ਜੇਕਰ ਕਿਸੇ ਸਾਡੇ ਵਰਕਰ ਦੇ ਖਿਲਾਫ਼ ਵੀ ਨਹੀਂ ਅਸੀਂ ਕਹਿੰਦੇ, ਜੇਕਰ ਕਿਸੇ ਵੀ ਆਦਮੀ ਦੇ ਖਿਲਾਫ਼ ਕੋਈ ਝੂਠਾ ਪਰਚਾ ਕੀਤਾ ਜਾਂਦਾ, ਉਹਦੇ 'ਤੇ ਕੋਈ ਪੋਲੀਟੀਕਲ ਵੈਨੀਡੇਟਾ ਕਰਕੇ, ਪੋਲੀਟੀਕਲ ਫੈਕਸ਼ਨ ਕਰਕੇ ਕੋਈ ਉਸ 'ਤੇ ਕੋਈ ਝੂਠਾ ਪਰਚਾ ਕੀਤਾ ਜਾਂਦਾ, ਅਸੀਂ ਉਹਨਾਂ ਨਾਲ ਖੜਾਂਗੇ। ਜਿਹਨੂੰ ਕਿ ਜੋ ਕਹਿੰਦੇ ਆ ਉਹ ਸਾਰਾ ਬਠਿੰਡਾ ਸੰਭਾਲਿਆ, ਉਹਨਾਂ ਨੇ ਸੰਭਾਲਿਆ ਹੋਇਆ, ਅਤੇ ਉਹ ਜਿੱਦਾਂ ਦੇ ਉਹਨੇ ਮਾਨਾਈਆਂ ਕਰਦੇ ਆ ਇੱਥੇ, ਕਿਹਦੀ ਬਦਲੀ ਕਰਨੀ ਹੈ, ਕਿਹਨੂੰ ਕਿੱਥੇ ਲਗਾਉਣਾ, ਕਿਹਦੇ 'ਤੇ ਪਰਚਾ ਪਾਉਣਾ, ਕਿਹਨੂੰ ਮਾਈਨਿੰਗ 'ਚ ਫਸਾਉਣਾ, ਕਿਹ ਤੋਂ ਆਹ ਕਰਨਾ। ਸੋ ਮੈਂ ਜਿੱਥੋਂ ਤੱਕ ਦੇਖ ਰਿਹਾ ਬਠਿੰਡਾ ਓਵਰਆਲ ਦੇ ਵਿੱਚ, ਉਹ ਜੋ ਹੈ ਮਨਪ੍ਰੀਤ ਸਿੰਘ ਬਾਦਲ ਦਾ ਜੋ ਬ੍ਰਦਰ ਇਨ ਲਾਅ ਹੈ, ਉਹਦੇ ਅੰਡਰ ਸਾਰਾ ਜੋ ਹੈ ਇਹ ਕੰਮ ਚੱਲ ਰਿਹਾ। ਤਾਂ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਉਹ ਕੀ ਧੱਕੇ ਕਰ ਰਿਹਾ ਬਠਿੰਡਾ ਦੇ ਵਿੱਚ, ਕਿੱਦਾਂ ਗਲਤ ਲੋਕਾਂ ਦੇ ਮਗਰ ਲੱਗ ਕੇ ਅੱਛੇ ਲੋਕਾਂ ਦੇ ਉੱਪਰ ਪਰਚੇ ਹੋ ਰਹੇ ਆ, ਅਸੀਂ ਉਹ ਸਾਰੇ ਮੁੱਦੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ। ਅੱਜ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕੀਤੀ ਹੈ, ਸੰਗਠਨ ਨੂੰ ਲੈ ਕੇ ਕੀਤੀ ਹੈ, ਵੀ ਅਸੀਂ ਭਗਵੰਤ ਮਾਨ ਜੀ ਦਾ, ਖਹਿਰਾ ਸਾਹਿਬ ਦਾ, ਅਮਰ ਅਰੋੜਾ ਜੀ ਦਾ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਮੈਨੂੰ ਮਾਲਵਾ ਬੰਨ ਦਾ ਜ਼ੋਨ ਦਾ ਪ੍ਰਧਾਨ ਲਾਇਆ ਅਤੇ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਮੈਨੂੰ ਜ਼ਿੰਮੇਵਾਰੀ ਦਿੱਤੀ 5 ਹਲਕਿਆਂ ਦੀ, ਜਿਹਦੇ 'ਚ ਮਾਨਸਾ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਦੀ ਮੇਰੇ ਕੋਲ ਜ਼ਿੰਮੇਵਾਰੀ ਹੈ। ਮੈਨੂੰ ਜ਼ਿੰਮੇਵਾਰੀ ਇਸ ਕਰਕੇ ਲਈ ਮਿਲੀ ਕਿਉਂਕਿ ਮੈਂ ਪਿਛਲੇ 2013 ਤੋਂ ਪਾਰਟੀ ਦੇ ਵਿੱਚ ਲਗਾਤਾਰ ਕੰਮ ਕਰ ਰਿਹਾ ਸੀ। ਮੇਰੀ ਮਿਹਨਤ ਨੂੰ ਦੇਖਦੇ ਹੋਏ, ਮੇਰੇ ਕੰਮ ਨੂੰ ਦੇਖਦੇ ਹੋਏ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ, ਜਿਹੜੀ ਜ਼ਿੰਮੇਵਾਰੀ ਮੈਂ ਇਹਨੂੰ ਤਨ ਮਨ ਧਨ ਨਾਲ ਨਿਭਾਵਾਂਗਾ ਅਤੇ ਆਉਣ ਵਾਲੇ ਜਿਹੜੇ 2 ਸਾਲ ਬਾਅਦ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੈ ਜਾਂ ਨਗਰਪਾਲਿਕਾ ਦੇ ਇਲੈਕਸ਼ਨ, ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਹੈ ਜਾਂ ਪੰਚਾਇਤਾਂ ਦੇ ਇਲੈਕਸ਼ਨ ਹੈ, ਅਸੀਂ ਉਹ ਸਾਰਿਆਂ ਦੀ ਹਿੱਸਾ ਲਵਾਂਗੇ। ਔਰ ਅਸੀਂ ਮਾਲਵਾ 1 ਜ਼ੋਨ ਪਹਿਲਾਂ ਵੀ ਨੰਬਰ 1 ਰਿਹਾ, ਯਾਨੀ ਕਿ ਅਸੀਂ 5 ਸੀਟਾਂ ਦਿੱਤੀਆਂ ਆਪਦੇ ਮਾਲਵੇ ਦੇ ਇੱਧਰ ਇਹਦੇ ਵਿੱਚ ਹਲਕੇ 'ਚੋਂ, ਬਠਿੰਡਾ ਲੋਕ ਸਭਾ ਦੇ ਵਿੱਚ ਆਉਣ ਵਾਲੇ ਜਿਹੜੇ ਅਸੀਂ MP ਦੇ ਇਲੈਕਸ਼ਨ, ਅਸੀਂ
ਪਾਰਟੀ ਨੂੰ ਅਸੀਂ ਕਮਿਟਮੈਂਟ ਕਰਦੇ ਹਾਂ, ਮੈਂ ਕਮਿਟਮੈਂਟ ਕਰਦਾ ਵੀ ਅਸੀਂ ਘੱਟੋ ਘੱਟ 3 ਦੀਆਂ 3 ਸੀਟਾਂ ਅਸੀਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਵਾਂਗੇ। ਬਠਿੰਡਾ ਤੋਂ ਵਿਕਰਮ ਕੁਮਾਰ ਦੇ ਨਾਲ ਅਨਿਲ ਵਰਮਾ ਦੀ ਰਿਪੋਰਟ, ਪੈਰੇਦਾ TV।